ਜੀਵ ਖਾਲਸਾ ਦੀਵਾਨ ਦੇ ਪ੍ਰਧਾਨ ਸੰਤੋਖ ਸਿੰਘ ਜ਼ਮੀਨ ਘੋਟਾਲੇ ਦੇ ਮਾਮਲੇ 'ਚ ਫਸ ਚੁੱਕੇ ਨੇ। ਅੰਮ੍ਰਿਤਸਰ CGS ਕੋਰਟ ਨੇ ਸੰਤੋਖ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਸ਼ਿਕਾਇਤਕਰਤਾ ਲਖਬੀਰ ਸਿੰਘ ਅਨੁਸਾਰ ਸੰਤੋਖ ਸਿੰਘ ਨੇ ਇੱਕ ਝੂਠਾ ਦਸਤਾਵੇਜ਼ ਤਿਆਰ ਕਰਕੇ ਉਹਨਾਂ ਦੇ ਬਜ਼ੁਰਗ ਦੀ ਜ਼ਮੀਨ ਆਪਣੇ ਨਾਮ ਕਰਵਾ ਲਈ ਸੀ ਤੇ ਮਾਮਲਾ ਕਾਫੀ ਲੰਮੇ ਸਮੇਂ ਤੋਂ ਕੋਰਟ 'ਚ ਚੱਲ ਰਿਹਾ ਸੀ, ਜਿਸ ਤੇ ਕੋਰਟ ਨੇ ਆਪਣਾ ਫੈਸਲਾ ਸੁਣਾਇਆ। ਮਾਮਲਾ ਇਹ ਜੀ ਕਿ ਸਾਡੀ ਜ਼ਮੀਨ ਹੈ ਜੀ ਪੁਰਖਾਂ ਦੀ, ਸਾਨੂੰ ਮਿਲੀ ਸੀ ਵਿਰਾਸਤ 'ਚ, ਉਸ ਜ਼ਮੀਨ ਨੂੰ ਇਹਨੇ ਇੱਕ ਝੂਠਾ ਡਾਕੂਮੈਂਟ ਤਿਆਰ ਕੀਤਾ 18/2/1967 ਸਾਡੇ ਬਜ਼ੁਰਗਾਂ ਨਾਲ, ਜਿਹੜੇ ਕਿ ਉਸ ਤੋਂ ਕਈ ਸਾਲ ਪਹਿਲੇ ਮਰ ਚੁੱਕੇ ਸੀ, ਉਹਨਾਂ ਦੇ ਨਾਂ 'ਤੇ, ਸਾਡੇ ਬਜ਼ੁਰਗਾਂ ਦੇ ਜਿਨ੍ਹਾਂ ਦੀ ਜ਼ਮੀਨ ਸਾਨੂੰ ਮਿਲੀ, ਉਹ ਤਿਆਰ ਕਰਕੇ ਇਹਨੇ ਕੇਸ ਪਾ ਦਿੱਤਾ ਜੀ ਕਿ ਇਹ ਜ਼ਮੀਨ ਦਾ ਮੈਂ ਮਾਲਕ ਹਾਂ। ਇਹ ਦੇਖੋ ਮੈਂ ਇਹਨਾਂ ਦੇ, ਇਹ ਇਕਰਾਰਨਾਮਾ ਹੋਇਆ, ਇਸ ਇਕਰਾਰਨਾਮੇ ਦੇ ਹਿਸਾਬ ਨਾਲ ਮੈਂ ਉਹ ਖਰੀਦੀ, ਇਹਨਾਂ ਬਜ਼ੁਰਗਾਂ ਕਰੋ, ਇਹਨਾਂ ਦਾ ਕੋਈ ਹੱਥ ਵਾਸ ਨਹੀਂ। ਉੱਥੇ ਇਸ ਮਾਮਲੇ ਤੇ ਐਡਵੋਕੇਟ ਅਜੇ ਵਰਮਾਣੀ ਦਾ ਕਹਿਣਾ ਹੈ ਕਿ ਸੰਤੋਖ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਇਸ ਮਾਮਲੇ 'ਚ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਸਕਦੀ। ਜੋ ਇਹ ਮੈਟਰ ਹੈ, ਇਹ ਬਹੁਤ ਪੁਰਾਣਾ ਮੈਟਰ ਕੋਰਟਸ ਵਿੱਚ ਚੱਲ ਰਿਹਾ ਸੀ। ਸਰਦਾਰ ਸੰਤੋਖ ਸਿੰਘ ਜੀ ਨੂੰ 467 ਥੱਲੇ 5 ਸਾਲ, 468 ਥੱਲੇ 4 ਸਾਲ, 420 ਥੱਲੇ 2 ਸਾਲ, 471 ਥੱਲੇ ਵੀ ਸਜ਼ਾ ਔਰ 120B ਥੱਲੇ 5 ਸਾਲ ਦੀ ਸਜ਼ਾ ਹੋਈ ਹੈ। ਮੈਕਸੀਮਮ 5 ਸਾਲ ਸਜ਼ਾ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਚੀਫ ਖਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਡਾ ਨੂੰ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਨਵੇਂ ਬਣੇ ਪ੍ਰਧਾਨ ਸੰਤੋਖ ਸਿੰਘ ਨੂੰ ਵੀ ਜ਼ਮੀਨੀ ਘੋਟਾਲੇ 'ਚ 5 ਸਾਲ ਦੀ ਜੇਲ੍ਹ ਹੋ ਗਈ ਹੈ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ TV।